ਮਨਦੀਪ ਸਿੰਘ ਨੌਜਵਾਨ ਭਾਰਤ ਸਭਾ ਸਿਰਸਾ ਤੋਂ ਕਿਹ ਕੁਛ ਮੰਗ ਹੈ ਕਿੰਨ ਮੰਗਣ ਲੈ ਕੇ ਅੱਜ ਪ੍ਰਦਰਸ਼ਨ ਕੀਤਾ ਹੈ ਤੇ ਅੱਗੇ ਆਪਾਂ ਸੁਣੋ ਸਾਡੀ ਇਹ ਮੰਗ ਹੈ ਜੀ ਵੀ ਜਿਵੇਂ ਲੰਬੇ ਸਮੇਂ ਤੋਂ ਕਰੋਨਾ ਦੇ ਨਾਂ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਥਾਂ ਥਾਂ ਤੇ ਸਾਰੇ ਦੇਸ਼ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਸਾਰੇ ਵਿਦਿਅਕ ادارے ਬੰਦ ਨੇ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਛੋਟੇ ਛੋਟੇ ਬੱਚਿਆਂ ਦੀ ਕਾਲਜਾਂ ਯੂਨੀਵਰਸਟੀਆਂ ਨੂੰ ਬੰਦ ਕੀਤਾ ਜਾ ਰਿਹਾ ਇੱਕ ਪਾਸੇ ਜਿਹੜੀਆਂ ਰੈਲੀਆਂ ਇੰਨੀਆਂ ਚੱਲ ਰਹੀਆਂ ਨੇ ਪਰ ਵਿਦਿਅਕ ادارے ਖੋਲੇ ਜਾਣ ਇੱਕ ਸਾਡੀ ਇਹ ਮੰਗ ਹੈ ਦੂਸਰਾ ਇਹ ਹੈ ਕਿ ਜਬਰੀ ਜਿਹੜਾ ਟੀਕਾ ਕਰਨਿਆ ਇਹ ਬੰਦ ਕੀਤਾ ਜਾਏ ਜੇ ਟੀਕਾ ਲਵਾਉਣਾ ਜਾਂ ਨਹੀਂ ਲਵਾਉਣਾ ਇਹ ਲੋਕਾਂ ਦੀ ਆਪਣੀ ਮਰਜ਼ੀ ਤੇ ਹੋਣਾ ਚਾਹੀਦਾ ਹੈ ਧੱਕੇਸ਼ਾਹੀ ਨਾਲ ਨਹੀਂ ਇਹ ਦੋ ਮੰਗਾਂ ਤੇ ਅਸੀਂ ਅੱਜ ਮੰਗ ਪੱਤਰ ਦੇਣ ਆਏ ਹਾਂ ਜੀ ਮੰਨ ਲਓ ਜੇ ਸਰਕਾਰ ਇਸ ਤੇ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੀ ਕਦਮ ਹੋ ਸਕਦਾ ਜੀ ਜੇ ਸਰਕਾਰਾਂ ਅੱਜ ਤੇ ਅਸੀਂ ਇੱਥੇ ਸਾਰੇ ਜ਼ਿਲ੍ਹੇ ਚੋਂ 49 ਜਿਹੜੇ ਸਾਡੇ ਡੈਲੀਗੇਟ ਨੇ ਮੰਗ ਪੱਤਰ ਦੇਣ ਆਏ ਆ ਜੇ ਇਹਦੇ ਤੇ ਵੀ ਸਰਕਾਰਾਂ ਗੌਰ ਨਹੀਂ ਕਰਦੀਆਂ ਕੁਝ ਦਿਨਾਂ ਦਾ ਇਹਨਾਂ ਨੂੰ ਸਮਾਂ ਦਿੱਤਾ ਹੈ ਤੇ ਫਿਰ ਅਸੀਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਨਾਲ ਲੈ ਕੇ ਵੱਡੇ ਪੱਧਰ ਵੱਡੇ ਪੱਧਰ ਤੇ ਲੋਕਾਂ ਦੇ ਵਿਰੋਧ ਦਾ ਸਰਕਾਰਾਂ ਨੂੰ ਸਾਹਮਣਾ ਕਰਨਾ ਪਏਗਾ ਪਿੰਡਾਂ ਚ ਅਸੀਂ ਲੋਕਾਂ ਨੂੰ ਨਾਲ ਲੈ ਕੇ ਲਾਂਬੰਦੀ ਕਰਾਂਗੇ ਤੇ ਇਹਦੇ ਖਿਲਾਫ ਜਿਹੜਾ ਆ ਵੱਡੇ ਪੱਧਰ ਤੇ ਸਰਕਾਰਾਂ ਦਾ ਵਿਰੋਧ ਕਰਾਂਗੇ ਸਿੱਖਿਆ ਮੰਤਰੀ ਦਾ ਬਿਆਨ ਆ ਚੁੱਕਿਆ ਹੈ 6 ਤਾ ਇੱਕ ਤਾਰੀਖ ਤੋਂ ਬਾਅਦ ਛੇਵੀਂ ਤੋਂ ਸਕੂਲ ਨੇ ਉਹ ਖੁੱਲੇ ਜਾਣਗੇ ਉਹ ਆਰਡਰ ਜਿਵੇਂ ਅੱਜ ਵੀ ਇੱਥੇ ਅਸੀਂ ਇੱਕ ਦੋ ਸਕੂਲਾਂ ਚ ਪਤਾ ਕੀਤਾ ਵੀ ਉਹ 9ਵੀਂ ਤੋਂ 12ਵੀਂ ਉਹਨਾਂ ਕਹੇ ਆ ਛੇਵੀਂ ਤੇ ਇਹ ਬਿਆਨ ਤੇ ਬੜੀ ਵਾਰ ਦਿੰਦੇ ਨੇ ਜਿਵੇਂ ਛੇਵੀਂ ਜੇ 3-4 ਕਲਾਸਾਂ ਨਾਲ ਮਸਲਾ ਨਹੀਂ ਸਰਦਾ ਯੂਨੀਵਰਸਿਟੀਆਂ ਕਾਲਜ ਇਹ ਸਾਰੇ ਬੰਦ ਨੇ ਛੋਟੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਆ ਇਹ ਹੀ ਸਿੱਖਿਆ ਮੰਤਰੀ ਜਦੋਂ ਤੇ ਇਹਨਾਂ ਨੇ ਰੈਲੀਆਂ ਕਰਨੀਆਂ ਹੁੰਦੀਆਂ ਆਪਣੀਆਂ ਚੋਣਾਂ ਦੀਆਂ ਉਦੋਂ ਇਹਨਾਂ ਨੂੰ ਆਨਲਾਈਨ ਨਹੀਂ ਸੂਤ ਆਉਂਦਾ ਉਦੋਂ ਇਹ ਕਈ ਲੱਖਾਂ ਦੀਆਂ ਰੈਲੀਆਂ ਇਕੱਠੀਆਂ ਕਰਦੇ ਨੇ ਬੱਚਿਆਂ ਦੀ ਪੜ੍ਹਾਈ ਵੇਲੇ ਕਹਿੰਦੇ ਕਿ ਆਨਲਾਈਨ ਹੀ ਸੰਭਵ ਹੈ ਇਹ ਦੋਗਲੇ ਚੱਲਦੇ ਨੇ ਇਹਦਾ ਅਸੀਂ ਵਿਰੋਧ ਕਰਦੇ ਹਾਂ ਕਿ ਨਰਸਰੀ ਪਹਿਲੀ ਤੋਂ ਲੈ ਕੇ ਸਾਰੇ ਵਿਦਿਅਕ ادارے ਖੋਲੇ ਜਾਣ ਬਿਨਾਂ ਸ਼ਰਤ ਤੇ ਫੌਰੀ ਖੋਲੇ ਜਾਣ ਅੱਜ بار-बार ਧਰਨੇ ਪ੍ਰਦਰਸ਼ਨ ਹੋ ਰਹੇ ਨੇ ਸਕੂਲ ਖੋਲੇ ਜਾਣ ਲੇਕਿਨ ਕਾਲਜਾਂ ਦੇ ਬੱਚਿਆਂ ਵੱਲੋਂ ਬਾਅਦ ਵਿੱਚ ਮੰਗ ਰੱਖੀ ਜਾਂਦੀ ਹੈ ਕਿ ਜੋ ਸਾਡੇ ਪੇਪਰ ਨੇ ਉਹਨਾਂ ਨੂੰ ਆਨਲਾਈਨ ਲਿਆ ਜਾਵੇ ਇਸ ਤੇ ਕੀ ਕਹਿਣਾ ਚਾਹੀਦਾ ਇਹ ਕਾਲਜਾਂ ਦੇ ਵਿੱਚ ਬਹੁਤ ਅਸੀਂ ਵੀ ਜਥੇਬੰਦੀਆਂ ਵੱਲੋਂ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਕਾਲਜਾਂ 'ਚ ਕੰਮ ਕਰ ਰਹੀਆਂ ਇਹ ਸਾਰੇ ਕਾਲਜਾਂ ਦੇ ਬੱਚਿਆਂ ਵੱਲੋਂ ਇਹ ਮੰਗ ਨਹੀਂ ਉਠਾਈ ਜਾਂਦੀ ਜਿਵੇਂ ਇਹਨਾਂ ਨੇ ਆਪਣੇ ਕੁਝ ਏਜੰਟ ਛੱਡੇ ਹੋਏ ਨੇ ਏਬੀਵੀਪੀ ਵਰਗੇ ਜਾਂ ਦੂਜੇ ਉਹ ਕਾਲਜਾਂ ਦੇ ਵਿੱਚ ਐਵੇਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਿੰਨੇ ਵੀ ਸੰਜੀਦਾ ਵਿਦਿਆਰਥੀ ਨੇ ਉਹ ਜਾਣਦੇ ਨੇ ਕਿ ਉਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਤੇ ਉਹ ਇਹ ਇਹਦੇ ਲਈ ਤਿਆਰ ਨੇ ਕਿ ਜਿਹੜਾ ਇਹ ਕਲਾਸਾਂ ਆਨਲਾਈਨ ਲਈਆਂ ਜਾਂ ਮਤਲਬ ਏਬੀਪੀ ਦੇ ਜੋ ਸਟੂਡੈਂਟ ਨੇ ਉਹ ਗਵਰਨਮੈਂਟ ਦੇ ਏਜੰਟ ਹਾਂ ਉਹ ਤੇ ਅਸੀਂ ਇਹ ਮੰਨਦੇ ਹਾਂ ਕਿ ਜਿਹੜੀਆਂ ਐਵੇਂ ਦੀਆਂ ਸੰਸਥਾਵਾਂ ਨੇ ਉਹ ਭਾਜ ਥਾਂ-ਥਾਂ ਤੇ ਲਗਾਤਾਰ ਇਹ ਐਵੇਂ ਦੇ ਉਹ ਕਿਸੇ ਤੋਂ ਲੁਕਿਆ ਨਹੀਂ ਉਹ ਸਾਹਮਣੇ ਹੀ ਆ ਤੁਸੀਂ ਨੌਜਨ ਭਾਰ ਸਭਾ ਤੇ ਜਮੂਰੀਤਕਾਰ ਸਭਾ ਦੋਵੇਂ ਜਥੇਬੰਦੀਆਂ ਵੱਲੋਂ ਕਿ ਅੱਜ ਤੁਸੀਂ ਦੇਖੋ ਵੀ ਜਿਹੜਾ ਕਰੋਨਾ ਵਾਲਾ ਜਿਹੜਾ ਤੁਸੀਂ ਟੀਕੇ ਵਾਲਾ ਸਵਾਲ ਕੀਤਾ ਵੀ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਖੁਦ ਇੱਕ ਹਲਫਨਾਵਾ ਦਿੱਤਾ ਹੈਗਾ ਵੀ ਕਰੋਨੇ ਦਾ ਟੀਕਾ ਲਗਵਾਉਣਾ ਇਹ ਲੋਕਾਂ ਦਾ ਵੌਲੰਟਰੀ ਹੀ ਹੈ ਇਕ ਕੰਪਲਸਰੀ ਨਹੀਂ ਹੈ ਔਰ ਜਿਹੜਾ ਸਰਟੀਫਿਕੇਟ ਥਾਂ ਥਾਂ ਤੇ ਪੁਲਿਸ ਨਾਕੇ ਲਾ ਕੇ ਲੋਕਾਂ ਤੋਂ ਉਹਨਾਂ ਨੂੰ ਕਿਵੇਂ ਬੇਇੱਜ਼ਤ ਵੀ ਕਰਦੀ ਆਪਾਂ ਵੇਖਿਆ ਹੈਗਾ ਵੀ ਤੁਸੀਂ ਇੱਥੇ ਅਦਾਰਿਆਂ 'ਚ ਨਹੀਂ ਜਾ ਸਕਦੇ ਤੇ ਈ ਦਿਸ਼ਾ 'ਚ ਬਾਹਰ ਬੈਠੇ ਅਸੀਂ ਤੁਹਾਡਾ ਜੀ ਲੈ ਕੇ ਆਓ ਬੈਂਕਾਂ 'ਚ ਪੈਸੇ ਕਢਾਉਣੇ ਆ ਤੁਸੀਂ ਇਹ ਉਦੀ ਪਰਚੀ ਲੈ ਕੇ ਆਓ ਪਿੰਡਾਂ ਦੇ ਵਿੱਚ ਬਜ਼ੁਰਗਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ ਉਹ ਕਿ ਮੈਸੇਜ ਫੋਨਾਂ ਦੇ ਉੱਤੇ ਜਾ ਰਹੇ ਨੇ ਫੋਨ ਕਿਸੇ ਕੋਲੇ ਹੋਰ ਆ ਸੋ ਇਸ ਕਰਕੇ ਦੂਜੇ ਪਾਸੇ ਸਰਕਾਰ ਧੱਕੇ ਨਾਲ ਕਰੋਨਾ ਦੇ ਟੀਕੇ ਲਾ ਰਹੀ ਆ ਇੱਕ ਪਾਸੇ ਸੁਪਰੀਮ ਕੋਰਟ ਦੇ ਵਿੱਚ ਝੂਠ ਬੋਲਿਆ ਜਾ ਰਿਹਾ ਕਿ ਜੇ ਵਲੰਟਰੀ ਹੈ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਝੂਠ ਬੋਲਣਾ ਬੰਦ ਕਰੋ ਇਹ ਤੁਸੀਂ ਜ਼ਮੀਨੀ ਪੱਧਰ ਦੇ ਉੱਤੇ ਵੀ ਇਹਨੂੰ ਲਾਗੂ ਕਰੋ ਜਿਹੜਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਕਿ ਜ਼ਮੀਨੀ ਪੱਧਰ ਦੇ ਉੱਤੇ ਵੀ ਲੋਕਾਂ ਦਾ ਇਹ ਵਲੰਟਰੀ ਅਧਿਕਾਰ ਹੋਣਾ ਚਾਹੀਦਾ ਹੈ ਕਿ ਕੋਈ ਲਵਾਵੇ ਨਾ ਲਵਾਵੇ ਕੋਈ ਸਰਟੀਫਿਕੇਟ ਦਿਖਾਵੇ ਨਾ ਵਿਖਾਵੇ ਇਹ ਕੌਣ ਹੁੰਦੇ ਇਹ ਤੈਅ ਕਰਨ ਵਾਲੇ ਕੱਲ ਨੂੰ ਇਹ ਤੈਅ ਕਰਨਗੇ ਤੁਸੀਂ ਖਾਣਾ ਕੀ ਹੈ ਤੁਸੀਂ ਪੋਣਾ ਕੀ ਹੈ ਤੁਸੀਂ ਦੇਖਣਾ ਕੀ ਹੈ ਤੁਸੀਂ ਕਿੱਥੇ ਕੀ ਜਾਣਾ ਇਸ ਕਰਕੇ ਕਰੋਨਾ ਦੇ ਨਾਂ ਤੇ ਜਿਹੜਾ ਇਹ ਜੁਬਾਨਬੰਦੀ ਇਹ ਸੋਡਾ ਸਾਰਾ ਲੋਕਾਂ ਦੇ ਨਿੱਜੀ ਜੀਵਨ ਦੇ ਵਿੱਚ ਜਿਹੜਾ ਇਹ ਦਖਲ ਹੋ ਰਿਹਾ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਦੂਜੀ ਗੱਲ ਕਾਲਜਾਂ ਯੂਨੀਵਰਸਿਟੀਆਂ ਨੂੰ ਖੁਲਵਾਉਣ ਦੀ ਸਿੱਖਿਆ ਮੰਤਰੀ ਸਾ ਕਿ ਨੋਮੀ ਤੋਂ 12ਵੀਂ ਤੱਕ ਤੁਸੀਂ ਸਕੂਲ ਤਾਂ ਲੋਕਾਂ ਦੀ ਦਾਬ ਚ ਖੋਲਤਾ ਹਿਸਾਰ ਦੇ ਵਿੱਚ ਲੋਕਾਂ ਨੇ ਡਾਂਗਰੇ ਸਰ ਤੇ ਸਕੂਲ ਖਲਵਾ ਲੇ ਇਸ ਕਰਕੇ ਸਰਕਾਰ ਨੂੰ ਝੂਠਾ-ਮੂਠਾ ਸਾਰਾ ਕਰਨਾ ਪਿਆ ਤਾਂ ਵਿਦਿਕਦਾਰੇ ਜੀ ਯੂਨੀਵਰਸਟੀਆਂ ਕਿਉਂ ਨਹੀਂ ਖੋਲਦੇ ਤੁਸੀਂ ਬਈ 10 ਦਿਨਾਂ ਨੂੰ ਪੇਪਰ ਹੋ ਰਹੇ ਆ ਸਟੂਡੈਂਟਾਂ ਦੇ ਰੀਡਿੰਗ ਹਾਲ ਤੱਕ ਬੰਦ ਹੈ ਲਾਇਬ੍ਰੇਰੀਆਂ ਤੱਕ ਬੰਦ ਹੈ ਕਦੇ ਇਹ ਹੋਇਆ ਕਿਸੇ ਵਿਦਿਕਦਾਰੇ ਦਾ ਸਰਵੋੱਚ ਯੂਨੀਵਰਸਿਟੀ ਦਾ ਕੋਈ ਲਾਇਬ੍ਰੇਰੀ ਵੀ ਬੰਦ ਹੋਵੇ ਬੱਚੇ ਪੜ੍ਹਨਗੇ ਕਿੱਥੋਂ ਫਿਰ ਇਹ ਆਨਲਾਈਨ ਦੇ ਨਾਂ ਦੇ ਉੱਤੇ ਕਿ ਜਿਹੜਾ ਸਾਥੀ ਨੇ ਗੱਲ ਕਹੀ ਹੈ ਵੀ ਟਕਵਾਂਜ ਕਰਦੇ ਆਨਲਾਈਨ ਸਾਨੂੰ ਬੱਚਿਆਂ ਕੋਲੇ ਪ੍ਰ ਪੈਗਰੀਵ ਹੋਣ ਕਰਕੇ ਪਿੰਡਾਂ ਦੇ ਵਿੱਚ ਇੰਟਰਨੈਟ ਦੀ ਸਹੂਲਤ ਦੀ ਕਮੀ ਹੋਣ ਕਰਕੇ ਇਸ ਕਰਕੇ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਜਿੰਨੇ ਸਕੂਲ ਹੈ ਕੋਈ ਇਹ ਨਹੀਂ ਵੀ ਜੀ 33% ਕਪੈਸਿਟੀ ਦੇ ਨਾਲ 50% ਕਪੈਸਿਟੀ ਦੇ ਨਾਲ ਅਸੀਂ ਕਹਿੰਦੇ ਆ ਕਿ ਪਹਿਲੀ ਕਲਾਸ ਤੋਂ ਲੈ ਕੇ ਪੀ ਐਚ ਡੀ ਤੱਕ ਦੀਆਂ ਕਲਾਸਾਂ ਜਿਹੜੀਆਂ ਫੁੱਲ ਕਪੈਸਿਟੀ ਦੇ ਨਾਲ ਖੁੱਲਣੀਆਂ ਚਾਹੀਦੀਆਂ ਸਰਕਾਰ ਬਈ ਇਹ 3 ਲੱਖ ਦੀ ਰੈਲੀ 'ਚ ਤਾਂ ਕਰੋਨਾ ਨਹੀਂ ਆਉਂਦਾ ਪਰ ਕਹਿੰਦੇ 30 ਜਣਾਂ ਦੀ ਕਲਾਸ 'ਚ ਕਰੋਨਾ ਆ ਜੂ ਬਈ ਕਰੋਨਾ ਇਹਨਾਂ ਤੋਂ ਪੁੱਛ ਕੇ ਆਉਂਦਾ ਉਹ ਫੋਨ ਕਰਕੇ ਆਉਂਦਾ ਵੀ ਮੈਂ ਜਾਣਾ ਕਿ ਨਹੀਂ ਜਾਣਾ ਇਸ ਕਰਕੇ ਇਹ ਇਹ ਲੋਕ ਹੁਣ ਬੇਵਕੂਫ ਨਹੀਂ ਹੈਗੇ ਇਹ ਜੋਗੀ ਦਿੱਤਨਾਥ ਮੋਦੀ ਫਿਰੋਜ਼ਪੁਰ ਦੇ ਵਿੱਚ 5 ਲੱਖ ਦੀ ਰੈਲੀ ਨੂੰ ਇਕੱਠ ਕਰਨ ਜਾ ਰਹੇ ਸੀ ਉੱਥੇ ਕਰੋਨਾ ਨਹੀਂ ਸੀ ਇੱਥੇ ਕਰੋਨਾ ਖੱਟਰ ਨੇ ਕੁਝ ਦਿਨ ਪਹਿਲਾਂ ਹੀ ਉੱਥੇ ਰੈਲੀ ਕੀਤੀ ਹੈਗੀ ਆਪਦੇ करनाल ਦੇ ਵਿੱਚ ਕਿੰਨੇ ਜਣਾਂ ਦੀ ਗਿਣਤੀ ਹੈਗੀ ਆ ਸੋ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਆ ਕਿ ਕਰੋਨਾ ਕੀ ਦੀ ਆੜ ਦੇ ਵਿੱਚ ਅਸੀਂ ਨਾਰਾ ਵੀ ਦੇ ਰਹੇ ਆ ਕਿ ਕਰੋਨਾ ਕੀ ਆੜ ਮੈਂ ਸਿੱਖਿਆ ਕੀ ਬਾੜ ਮੈਂ ਇਹ ਕਰੋਨਾ ਦੀ ਆੜ ਤੇ ਸਾਰਾ ਕੁਝ ਕਰ ਰਹੇ ਆ ਇਹਦਾ ਅਸੀਂ ਵਿਰੋਧ ਕਰਦੇ ਆ ਔਰ ਜੇ ਆਉਣ ਵਾਲੇ ਸਮੇਂ ਚ ਸਰਕਾਰ ਬੋਲੋ ਅੱਜ ਸਿਰਫ ਅਸੀਂ ਚੇਤਾਵਨੀ ਦੇਣ ਆਏ ਆ ਜੇ ਨਾ ਕੀਤਾ ਗਿਆ ਸਕੂਲ ਇਹ ਵਿਦਿਅਕ ادارے ਸਾਰੇ ਨਾ ਖੋਲੇ ਗਏ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਦਾ ਇਕੱਠ ਕਰਾਂਗੇ ਯੂਨੀਵਰਸਿਟੀਆਂ ਵਿਦਿਆਰਥੀਆਂ ਦੇ ਤਾਲੇ ਅਸੀਂ ਆਪ ਖੋਲਾਂਗੇ ੱੱਕੇ ਨਾਲ ਅਸੀਂ ਆਪ ਜਿੰਦੇ ਇਹਨਾਂ ਦੇ ਤੋੜਾਂਗੇ ਤੇ ਆਪ ਕਲਾਸਾਂ ਲਵਾਵਾਂਗੇ